ਤੋਂ ਭਰਦਾ ਮੂੰਹ ਧੋਂਦਾ ਕਹਿੰਦਾ ਮੈਂ ਵੁਜ਼ੂ ਕਰ ਰਿਹਾ, ਉਦੋਂ ਮਗਰੋਂ ਅੰਜ ਖਲੋ ਜਾਂਦਾ ਕਦੀ ਗੋਡਿਆਂ ਤੇ ਹੱਥ ਕਦੀ ਸਜਦੇ ਕਹਿੰਦਾ ਮੈਂ ਆਪਣੇ ਭਗਵਾਨ ਦੀ ਪੂਜਾ ਕਰਦਾ ਇਹ ਹੀ ਕਰਦਾ। ਉਹਨੇ ਕਿਹਾ ਹੋਵੇ ਨਾ ਹੋਵੇ ਬਾਬਾ ਉਹ ਹੀ ਜਿਹਦੇ ਤੋਂ ਮੇਰੀ ਮਾਂ ਨੇ ਬੋਲੋ ਮਨਾ ਕੀਤਾ ਸੀ। ਉਹਨੇ 300 ਸਿਪਾਹੀ ਹੱਥਾਂ ਉਹਨਾਂ ਦੇ ਵਿੱਚ ਤਲਵਾਰਾਂ, ਇੱਕ ਸੂਬੇਦਾਰ, ਉਹਨੇ ਕਿਹਾ ਚਲੋ ਏ ਹੌਜ਼ ਉੱਤੇ ਜਾ ਕੇ ਪਹਿਰਾ ਲਾ ਦਿਓ, ਬਾਬੇ ਨੂੰ ਕਰਵੇ ਚ ਪਾਣੀ ਦੇਣਾ। ਬੋਲੋ ਨਹੀਂ, ਅਗਰ ਬਾਬਾ ਪਾਣੀ ਲੈਣਾ ਹੋਵੇ ਉਹਨੂੰ ਪਾਣੀ ਦੇਣਾ ਨਹੀਂ, ਖਬਰਦਾਰ ਉਹ ਚਾਹ ਉਹਨੂੰ ਆਬਾਦ ਵਾਸਤੇ ਪਾਣੀ ਨਹੀਂ ਮਿਲੇਗਾ, ਬਾਬਾ ਟੁੱਟ ਜਾਏਗਾ। ਬਾਬਾ ਹੁਣ ਤਿਆਰ ਰਿਹਾ ਜਿਦਰਾ, ਬਾਬਾ ਟੁੱਟ ਜਾਏਗਾ। ਜਾਂ ਸਰਕਾਰ ਦੀ ਨਮਾਜ਼ ਦਾ ਵਕਤ ਹੋਇਆ, ਸੂਰਜ ਟਲਿਆ, ਮੇਰੇ ਖਾਜਾ ਹਜ਼ੂਰ ਕਰਵਾ ਲੈ ਕੇ ਉੱਠੇ, ਜਾਂ ਇਹ ਤਲਾਬ ਦੇ ਕਰੀਬ ਉਹ 300 ਆਦਮੀ ਤਲਵਾਰਾਂ ਲੈ ਕੇ ਖੜੇ ਨੇ। ਉਹਨੇ ਕਿਹਾ ਖਬਰਦਾਰ ਬਾਬਾ ਨੇੜੇ ਨਹੀਂ ਆਉਣਾ, ਸਰਕਾਰ ਨੇ ਕਿਹਾ ਇੱਕ ਕਰਵਾ ਪਾਣੀ ਦਾ ਚਾਹੀਦਾ। ਉਹਨਾਂ ਕਿਹਾ ਨਾ ਨਾ ਨਾ, ਖਬਰਦਾਰ ਅਸੀਂ ਮਾਰ ਦਿਆਂਗੇ, ਟੁੱਟ ਜਾਓ। ਸਰਕਾਰ ਨੇ ਕਿਹਾ ਘਬਰਾਓ ਨਾ, ਅਗਰ ਪਾਣੀ ਨਹੀਂ ਦਿੰਦੇ ਮੇਰੇ ਨਬੀ ਦਾ ਹੁਕਮ ਹੈ ਮੈਂ ਤਯੰਮਮ ਕਰ ਲਾਂਗਾ। ਅਜੇ ਨਹੀਂ, ਸਰਕਾਰ ਕਰਵਾ ਲੈ ਕੇ ਬੁੜ ਥੱਲੇ ਆ ਗਏ ਤੇ ਜਾਂ ਜ਼ਮੀਨ ਦੇ ਲੱਗੇ ਨਾ ਹੱਥ ਮਾਰਨ, ਤੇ ਮੇਰੇ ਖਾਜਾ ਦੇ ਦਿਲ 'ਚ ਖਿਆਲ ਆਇਆ ਵੀ ਤਯੰਮਮ ਤੇ ਉੱਥੇ ਹੁੰਦਾ ਜਿੱਥੇ ਪਾਣੀ ਨਾ ਹੋਵੇ, ਤਯੰਮਮ ਉੱਥੇ ਜਿੱਥੇ ਪਾਣੀ, ਇੱਥੇ ਤੇ ਪੂਰਾ ਤਲਾਬ ਭਰਿਆ। ਲੈ ਹੁਣ ਤਿਆਰ ਰਿਹਾ ਜੇ ਸਰਕਾਰ ਉੱਠੇ ਕਰਵਾ ਲੈ ਕੇ ਚੱਲੇ, ਉਹ ਮੇਰੀ ਵੀ ਰੂਹ ਮੌਜੂਦ ਸੀ ਨਾਲ। ਮੈਂ ਕਿਹਾ ਸਰਕਾਰ ਜਾ ਕੇ ਕੋਈ ਮਿੰਨਤ ਲਾ ਕਰਨਗੇ ਕਿ ਇੱਕ ਕਰਵਾ ਪਾਣੀ ਦਾ ਦਿਓ। ਖਾਜਾ ਹਜ਼ੂਰ ਸਿੱਧੇ ਬਜਾਏ ਤਲਾਬ ਨੂੰ ਜਾਣ ਦੇ, ਮੇਰੇ ਖਾਜਾ ਹਜ਼ੂਰ ਬੁੱਤਖਾਨੇ ਨੂੰ ਟੁਰ ਪਏ। ਜਾਂ ਬੁੱਤਖਾਨੇ ਚਾਹੇ ਇੱਕ ਹੱਥੇ 'ਚ ਕਰਵਾਏ, ਇੱਕ ਹੱਥੇ 'ਚ ਲਿੱਤਰ, ਇੱਕ ਹੱਥੇ 'ਚ ਕਰਵਾਏ, ਇੱਕ ਹੱਥੇ 'ਚ ਖੱਲਾ, ਇੱਕ ਹੱਥੇ 'ਚ ਕਰਵਾਏ, ਇੱਕ 'ਚ ਪੌਲਾ, ਕੋਈ ਤਾਂ ਸਮਝੋ, ਇੱਕ ਹੱਥੇ 'ਚ ਲਿੱਤਰ ਰਹੇ। ਜਾਂ ਕਰੀਬ ਆਏ ਉਸ ਬੁੱਤ ਨੂੰ ਜਿਹਨੂੰ ਲੱਡੂ ਖਵਾਏ ਸੀ, ਉਹਦੇ ਹੱਥ 'ਚ ਰੱਖਿਆ ਲੋਟਾ ਤੇ ਮਾਰਿਆ ਲਿੱਤਰ, ਚੱਲ ਪਾਣੀ ਲੈ ਕੇ। ਸਰਕਾਰ ਨੇ ਉਹਦੇ ਹੱਥ ਹੀ ਕਰਵਾ ਦਿੱਤਾ, ਬਦਬਖਤਾ ਤੈਨੂੰ ਲੱਡੂ ਖਵਾਏ ਨੇ, ਓਏ ਚੱਲ ਪਾਣੀ ਲੈ ਕੇ ਆਓ। ਉਧਰੋਂ ਮਾਰਿਆ ਮੇਰੀ ਮੁਲਤਾਨੀ ਬੋਲੀ 'ਚ ਖੱਲਾ, ਤੁਹਾਡੀ ਬੋਲੀ 'ਚ ਲਿੱਤਰ ਤੇ ਪੌਲਾ, ਜਿਹੜੀ ਬੋਲੀ ਸਮਝ ਲਓ। ਜਾਂ ਲਿੱਤਰ ਖਾਣ ਤੋਂ ਬਾਅਦ ਬੁੱਤ ਕਰਵਾ ਲੈ ਕੇ ਪੀਰ ਜੀ ਟੁੱਟ ਪਿਓ, ਉਧਰੋਂ ਵੇਂਦੇ ਨੇ ਪਏ 300। ਜਾਂ ਨਾ ਵੇਖਿਆ ਨਾ ਕਿਹਾ ਸਰ ਜੀ ਇਹ ਸਰਦਾਰ ਬਾਹਰ ਨਿਕਲਿਆ ਜੇ, ਨਾਲੇ ਭਗਵਾਨ ਆਉਂਦਾ ਪਿਆ ਨਾਲੇ ਖੱਲੇ ਖਾਂਦਾ ਆਉਂਦਾ। ਸਰ ਜੀ ਬਾਹਰ ਨਿਕਲਿਆ ਜੇ, ਉਹ ਸੂਬੇਦਾਰ ਸੀ ਨਾ ਅੰਦਰ ਵੜਿਆ, ਉਹਨੂੰ ਕਿਹਾ ਬਾਹਰ ਨਿਕਲ, ਨਾਲੇ ਲਿੱਤਰ ਖਾਂਦਾ ਆਉਂਦੀ ਨਾਲੇ ਕਰਵਾ ਚਾ ਕੇ ਆਉਂਦੇ, ਹੁਣ ਦੱਸ ਰੱਬਰ ਹੀ ਆਪ ਆਉਂਦੇ ਨੇ ਪਾਣੀ ਦਈਏ। ਉਹਨਾਂ ਕਿਹਾ ਸਰ ਜੀ ਜਰਾ ਵੇਖਿਆ ਜੇ ਗੌਰ ਨਾਲ ਮੰਦਰ ਬਾਹਰ, ਨਾਲੇ ਰੱਬਰ ਹੀ ਟੁਰੇ ਆਉਂਦੇ ਜੇ ਨਾਲੇ ਲਿੱਤਰ ਖਾਂਦੇ ਆਉਂਦੇ। ਉਹਨਾਂ ਨੇ ਕਿਹਾ ਬਕਵਾਸ ਪੈ ਕਰਦੇ, ਉਹਨਾਂ ਕਿਹਾ ਅੱਖੀ ਨਜ਼ਾਰਾ ਵੇਖ ਲਓ ਲਿੱਤਰ ਪੈਣ ਦਾ। ਜਾਂ ਨਿਕਲਿਆ ਸੂਬੇਦਾਰ ਬਾਹਰ, ਮੇਰੇ ਖਾਜਾ ਦੇ ਦੂਰੇ ਪੌਲਾ ਟੁਰਿਆ ਆਉਂਦਾ, ਪਰ ਉਹਨੂੰ ਲਿੱਤਰ ਖਾਣ ਦਾ ਵੀ ਸਵਾਦ ਆਉਂਦਾ, ਬਲੀ ਦਾ ਲਿੱਤਰ ਨਾ ਲੈਣ ਨਾ, ਤੇਰੀ ਮੇਰੀ ਤੇ ਨਹੀਂ ਹੈਗੀ, ਨਾ ਲੈਣ ਖਾਜਾ ਖਾਜਗਾਨ ਦੀ। ਤੂੰ ਇਸ ਨਾ ਲੈਣ ਨੂੰ ਕੀ ਸਮਝਦਾ ਯਾਰ, ਤੂੰ ਇਸ ਨਾ ਲੈਣ ਨੂੰ ਕੀ ਸਮਝਦਾ? ਸੁਣੀ ਯਾਰ ਇੱਕ ਜੁਮਲਾ, ਸਿਰਫ ਇੱਕ ਜੁਮਲਾ, ਚੁੱਕਾ ਰਜਬ ਦਾ ਮਹੀਨਾ, ਇੱਕ ਜੁਮਲਾ। ਚਿੜੀ, ਇੱਕ ਗੱਲ ਮੈਂ ਮੁਕੰਮਲ ਕਰਦਾ ਫਿਰ, ਚਿੜੀ ਦੀ ਪ੍ਰਵਾਸ ਨੁਕਤਾ 30-40 ਗਜ਼ ਤੋਂ ਉੱਤੇ ਨਹੀਂ, ਇੱਥੋਂ ਤੱਕ ਨਾ। ਅੱਛਾ, ਉਹ ਇਸੇ ਨੂੰ ਸਮਝਦੀ ਹੈ ਸਿਦਰਾਤੁਲ ਮੁੰਤਹਾ, ਬਾਸ ਜਿੱਥੇ ਚਿੜੀ ਦੀ ਆਖਰੀ ਆਦਿ, ਉਹਨੂੰ ਪਸਤੀ ਸਮਝਦਾ, ਉਹਦੀ ਪ੍ਰਵਾਜ਼ ਉਸ ਤੋਂ ਅੱਗੇ ਸ਼ੁਰੂ ਹੁੰਦੀ ਹੈ, ਲੇਕਿਨ ਉਹਦੀ ਪ੍ਰਵਾਜ਼ ਵੀ ਖਲਾ ਔਰ ਫਜ਼ਾ ਦੀਆਂ ਵਸਤਾਂ ਤੱਕ ਗਈ, ਉਹ ਵੀ ਬਸ ਜਿੱਥੇ ਉਹ ਥੱਕ ਜਾਂਦਾ ਜਿੰਨ ਦੀ ਪ੍ਰਵਾਜ਼ ਉਸ ਤੋਂ ਅੱਗੇ ਆ, ਜਿੰਨ ਆਸਮਾਨ ਦੇ ਬੂਹੇ ਤੱਕ ਚਲਾ ਜਾਂਦਾ ਲਿੱਤਰ ਖਾ ਕੇ, ਫਿਰ ਮੁੜ ਕੇ ਆ ਜਾਂਦਾ। ਜਿੱਥੇ ਜਿੰਨ ਦੀ ਚਿੜੀ ਦੀ ਹੱਦ ਮੁੱਕ ਗਈ, ਬਾਸ ਦੀ ਹੱਦ ਸ਼ੁਰੂ ਹੋ ਗਈ, ਜਿੱਥੇ ਬਾਸ ਦੀ ਹੱਦ ਮੁੱਕ ਗਈ ਜਿੰਨ ਦੀ ਸ਼ੁਰੂ ਹੋ ਗਈ, ਬੁਲੰਦੀ ਹੈ, ਜਿੱਥੇ ਜਿੰਨ ਦੀ ਹੱਦ ਮੁੱਕ ਗਈ ਮਲਕ ਦੀ ਸ਼ੁਰੂ ਹੋ ਗਈ। ਜਾਂ ਸਿਦਰਾ ਦੇ ਨੇੜੇ ਗਿਆ, ਉਹ ਵੀ ਸੱਤਵੇਂ ਅਸਮਾਨ ਤੋਂ ਅੱਗੇ ਫਰਿਸ਼ਤਾ ਜਾਂਦਾ ਨਹੀਂ, ਹੁਣ ਜਬਰੀਲ ਦੀ ਹੱਦ ਸ਼ੁਰੂ ਹੋ ਗਈ। ਸੁਣਦਾ ਜਾਈ, ਚਿੜੀ ਦੀ ਹੱਦ ਮੁੱਕੀ ਬਾਸ, ਬਾਸ ਦੀ ਹੱਦ ਮੁੱਕੀ ਜਿੰਨ, ਜਿੰਨ ਦੀ ਹੱਦ ਮੁੱਕੀ ਫਰਿਸ਼ਤਾ, ਫਰਿਸ਼ਤੇ ਦੀ ਹੱਦ ਮੁੱਕੀ ਜਬਰੀਲ, ਔਰ ਜਬਰੀਲ ਦੀ ਹੱਦ ਮੁੱਕੀ ਤੇ ਨਬੀ ਪਾਕ ਦੀ ਜੁੱਤੀ ਦੀ ਹੱਦ ਸ਼ੁਰੂ ਹੋ ਗਈ। ਧਿਆਨ ਤੇ ਕਰ,
ਧਿਆਨ ਤੇ ਕਰ, ਇਹਨਾਂ ਜੁੱਤੀਆਂ ਨੂੰ ਇਵੇਂ ਨਾ ਸਮਝ। ਖਾਜਾ ਤੈਨੂੰ ਆਪਣੇ ਸਿਲਸਿਲੇ ਦੀ ਗੱਲ ਸੁਣਾਉਣਾ, ਖਾਜਾ ਨੂੰ ਲਿੱਤਰ ਮਾਰਨ ਦੇ, ਉਹ ਹੈ ਸੀ ਇਸ ਕਾਬਲ। ਖਾਜਾ ਮਾਰੂਫ ਕਰ ਕੀ ਇਹ ਮੁਰੀਦ ਸਨ ਇਮਾਮੇ ਰਜ਼ਾ ਅਲੈਹਿਸ ਸਲਾਮ ਦੇ, ਈਰਾਨ ਵਾਲਿਆਂ ਦੇ। ਤੇ ਆਪ ਕੰਮ ਕੀ ਕਰਦੇ ਸੀ, ਆਪਣੇ ਪੀਰ ਦੀ ਜੁੱਤੀ ਚੁੱਕ ਲੈਣੀ ਤੇ ਸਿਰ ਤੇ ਰੱਖ ਕੇ ਪੱਗ ਬੰਨ ਲੈਣੀ ਤੇ ਮਸ਼ਕ ਗਲ ਦੁਆਲੇ ਪਾ ਕੇ ਜਿੱਥੇ ਪੀਰ ਬਹਿਣਾ ਉੱਥੇ ਛਿੜਕਾਅ ਕਰਨਾ। ਸੁਣ ਰਹੇ ਹੋ, ਸੁਰਾ ਫਿਰ ਸਹੀ, ਉੱਥੇ ਪਾਣੀ ਦਾ ਛਿੜਕਾਅ ਕਰਨਾ। ਜਦੋਂ ਪੀਰ ਨੂੰ ਲੋੜ ਹੋਣੀ ਸਿਰ ਤੋਂ ਜੋੜੇ ਲਾਹਣੇ ਤੱਕ ਜਾ ਚੁੰਮ ਕੇ ਅੱਗੇ ਜਾ ਰੱਖਣੇ ਔਰ ਥੱਲਿਓ ਜ਼ੁਬਾਨ ਨਾਲ ਚੱਟਣਾ। ਆ ਹੀ ਸ਼ਹੀਦਾਂ ਦੀ ਖਿਦਮਤ ਅੱਗੇ ਦਾ ਰੱਖ ਦੇਣੇ। ਕੁਦਰਤ ਖੁਰਾ ਦੀ ਦਜਲਾ ਦੇ ਦਰਿਆ 'ਚ ਸੈਲਾਬ ਆ ਗਿਆ, ਜਾਂ ਸੈਲਾਬ ਆਇਆ ਨਾ ਟੋਟਾ ਲੱਗ ਗਈ, ਚੰਦ ਜੱਟ ਇਕੱਠੇ ਹੋ ਕੇ ਆਏ। ਉਹਨਾਂ ਕਿਹਾ ਮਾਰੂਫ, ਇਹ ਮੇਰੇ ਕਾਦਰੀ ਸਿਲਸਿਲੇ ਦਾ ਬਜ਼ੁਰਗ ਹੈ ਜੀ, ਅਸਾਂ ਹਜ਼ੂਰ ਨੂੰ ਮਿਲਣਾ। ਉਹਨੇ ਕਿਹਾ ਜਾਓ ਜਾਓ ਜੱਟੋ ਜਾਓ, ਹਜ਼ੂਰ ਆਰਾਮ ਕਰ ਰਹੇ ਨੇ ਤੇ ਕਿਸੇ ਨੂੰ ਮੁਲਾਕਾਤ ਦੀ ਇਜਾਜ਼ਤ ਨਹੀਂ। ਉਹ ਗਏ, ਘੰਟੇ ਤੋਂ ਬਾਅਦ ਫੇਰ ਆ ਗਏ, ਮਾਰੂਫ ਅਸੀਂ ਸਰਕਾਰ ਨੂੰ ਮਿਲਣਾ। ਸਰਕਾਰ ਲੱਗੇ ਗੱਲ ਸੁਣੋ, ਮੈਂ ਤੁਹਾਨੂੰ ਅੱਗੇ ਵੀ ਕਿਹਾ ਕਿ ਹਜ਼ੂਰ ਆਰਾਮ ਕਰ ਰਹੇ ਨੇ ਮੁਲਾਕਾਤ ਦੀ ਇਜਾਜ਼ਤ, ਚਲੋ। ਇੱਕ ਘੰਟੇ ਤੋਂ ਬਾਅਦ ਉਹ ਫੇਰ ਆ ਗਏ, ਉਹਨਾਂ ਕਿਹਾ ਅਸੀਂ ਸਰਕਾਰ ਨੂੰ ਮਿਲਣਾ। ਉਹਨੇ ਕਿਹਾ ਫਿਰ ਠਹਿਰ ਕੇ ਆ ਜੇ। ਉਹਨਾਂ ਕਿਹਾ ਜਦ ਸਭ ਕੁਝ ਰੁੜ ਗਿਆ ਫਿਰ ਫਾਇਦਾ ਕੀ, ਮਾਰੂਫ ਕਰ ਕੀ ਕਹਿਣ ਗੁਰੇ ਹੋ, ਮੁੜ ਕੇ ਕੰਮ ਕੀ ਹੈ, ਵਾਰ ਵਾਰ ਆਉਂਦੇ ਹੋ। ਉਹਨਾਂ ਕਿਹਾ ਵੀ ਦਰਿਆ ਨੂੰ ਲੱਗੀ ਹੈ ਤਾ ਤੇ ਸਾਡੀਆਂ ਕੱਚੀਆਂ ਕੁੰਡੀਆਂ ਨੇ ਅੱਗੇ, ਅਸੀਂ ਆਨੇ ਆਲੇ ਨਬੀ ਉਲਾਦੇ ਅਲੀ ਇਮਾਮ ਰਜ਼ਾ। 12 ਇਮਾਮਾਂ ਵਿੱਚ ਇੱਕ ਇਮਾਮ ਹੈ, ਉਹਨੂੰ ਕਹਿੰਦੇ ਆ ਦੁਆ ਕਰ ਵੀ ਦਰਿਆ ਸ਼ਰਮ ਕਰੇ। ਫਰਮਾਇਆ ਬੇਵਕੂਫ, ਨਿੱਕੇ ਜਿਹਾ ਕੰਮ ਲਈ ਆਏ ਤੇ ਮੇਰੇ ਹਾਦੀ ਨੂੰ ਮਿਲਣਾ, ਜਾਓ ਦਰਿਆ ਦੇ ਕੰਢੇ ਤੇ ਖੜੋ ਜਾ ਤੇ ਉਹਨੂੰ ਕਹੋ ਦਰਿਆ ਤੈਨੂੰ ਮਾਰੂਫ ਦੇ ਸਿਰ ਦਾ ਵਾਸਤੇ ਪਿੱਛੇ ਹੋ ਜਾ। ਸ਼ਾਹ ਜੀ ਸਮਝ ਗਿਆ, ਤੈਨੂੰ ਮਾਰੂਫ ਦੇ ਸਿਰ ਦਾ ਵਾਸਤੇ ਪਿੱਛੇ ਹੋ ਜਾ, ਜਿੱਥੋਂ ਤੱਕ ਤੁਹਾਨੂੰ ਚਾਹੀਦਾ ਉਹ ਪਿੱਛੇ ਹੁੰਦਾ ਜਾਏਗਾ। ਉਹ ਕੋਈ ਮਹੀਨਾ ਕੋਈ ਗੁਜ਼ਰ ਗਿਆ ਤੇ ਜੱਟ ਫੇਰ ਆ ਗਏ। ਉਹ ਹਜ਼ੂਰ ਇਮਾਮ ਰਜ਼ਾ ਅਲੈਹਿਸ ਸਲਾਮ ਬੈਠੇ ਸਨ, ਉਹਨਾਂ ਆ ਕੇ ਸਲਾਮ ਕੀਤਾ, ਉਹਨਾਂ ਸਰਕਾਰ ਜੇ ਮਾਰੂਫ ਨਾ ਹੋਵੇ ਤਾਂ ਅਸੀਂ ਰੁੜ ਜਾਈਏ। ਉਹ ਕਿਵੇਂ ਸਭ ਕੁਝ ਜਾਣਦੇ ਹੋਇਆ ਕੀ ਗੱਲ ਹੈ ਮਾਰੂਫ ਦੀ? ਉਹਨੇ ਕਿਹਾ ਸਰਕਾਰ ਅਸੀਂ ਆਏ, ਤੁਸੀਂ ਮਿਲੇ ਨੀ ਤੇ ਦਰਿਆ ਦੀ ਡਾਹ ਲੱਗੀ ਸੀ। ਇਹਨੇ ਕਿਹਾ ਜਾ ਕੇ ਦਰਿਆ ਨੂੰ ਕਿਹਾ ਜੇ ਵੀ ਮਾਰੂਫ ਦੇ ਸਿਰ ਦਾ ਵਾਸਤਾ ਹੀ ਪਿਛਾ ਹੋ ਜਾ। ਸਰਕਾਰ ਅਸੀਂ ਦਰਿਆ ਨੂੰ ਕਿਹਾ ਜਿਵੇਂ ਨੌਕਰ ਨਹੀਂ ਭਜਦਾ। ਸਰਕਾਰ ਨੇ ਸਾਰੀ ਤੌਰ ਤੇ ਗੁੱਸੇ ਚ ਲਿਆ ਕੇ ਮਾਰੂਫ ਹੈ ਕੀ, ਓਏ ਤਕਦੀਰ ਦੇ ਮਾਮਲੇ ਚ ਦਖਲ ਹੈ ਕੀ? ਉਹਨੇ ਕਿਹਾ ਹਜ਼ੂਰ ਦਖਲ ਨਹੀਂ, ਮੈਂ 26 ਸਾਲ ਤੇਰੀ ਜੁੱਤੀ ਸਿਰ ਤੇ ਚੁੱਕੀ ਏ ਤੇ ਵੇਖਣਾ ਇਹ ਚਾਹੁੰਦਾ ਸਾਂ ਕਿ ਮੇਰਾ ਸਿਰ ਰਸ਼ ਕੇ ਅਰਸ਼ ਬਣ ਗਿਆ ਕਿ ਅਜੇ ਵੀ ਸਿਰ ਹੀ ਹੈ। ਤੇਰੀ ਜੁੱਤੀ ਸਿਰ ਤੇ ਚੁੱਕ ਕੇ ਵੇਂਦਾ ਸਾਂ ਵੀ ਅਰਸ਼ ਤੋਂ ਆਲਾ ਹੋ ਗਿਆ ਮੇਰਾ ਸਿਰ ਕੇ ਅਜੇ ਵੀ ਉਹ ਹੀ ਏ। ਪਾਕਾਂ ਦੀਆਂ ਜਿਨ੍ਹਾਂ ਦੀਆਂ ਜੁੱਤੀਆਂ ਸਿਰ ਤੇ ਬੰਨਣ ਵਾਲਿਆਂ ਦੇ ਦਰਿਆ ਗੁਲਾਮ ਬਣ ਜਾਣ, ਉਹ ਜੁੱਤੀਆਂ ਦੇ ਮਾਲਕ ਆਪ ਕੀ ਨੇ? ਜਾਗੋ ਤਾਂ ਸਹੀ। ਉਹਨੇ ਕਿਹਾ ਸਰ ਜੀ ਗੱਲ ਸੁਣਨ ਵਾਲੇ ਲਿੱਤਰ ਖਾਨ ਦਾ ਆਉਂਦਾ ਜੇ ਨਾਲੇ ਤੁਰ ਪਿਆ ਆਉਂਦੇ। ਉਹ ਨਿਕਲਿਆ ਬਾਹਰ, ਸੂਬੇਦਾਰ ਉਹਨੇ ਕਿਹਾ ਵੀ ਮਾਰੋ ਨਾ ਸਰਕਾਰ, ਬਾਬਾ ਜੀ ਸਾਰਾ ਤਲਾ ਲੈ ਜਾਓ ਪਰ ਰੱਬ ਨੂੰ ਲਿੱਤਰ ਨਾ ਮਾਰੋ। ਇਹ ਸਾਡਾ ਰੱਬ ਏ, ਮੇਰੇ ਪਿਓ ਦਾ ਰੱਬ, ਮੇਰੀ ਮਾਂ ਦਾ ਰੱਬ, ਮੇਰੇ ਬਾਬਿਆਂ ਦਾ ਰੱਬ, ਨਾਨਕਿਆਂ ਦਾ ਰੱਬ, ਦਾਦਕਿਆਂ ਦਾ ਰੱਬ, ਲਿੱਤਰ ਨਾ ਮਾਰੋ। ਸਰਕਾਰ ਨੇ ਕਿਹਾ ਹਟ ਜਾ ਪਰਾਂ, ਜਾਂ ਬੁੱਤ ਆਇਆ ਕਿਨਾਰੇ ਤੇ, ਮੇਰੇ ਖਾਜਾ ਖਾਜਗਾਨ ਖਲੋ ਗਏ, ਬੁੱਤ ਵੜ ਗਿਆ ਵਿੱਚ, ਖਾਜਾ ਸਹੀ ਦੇ ਬਹਿ ਗਿਆ, ਅਲਹਮਦੁਲਿਲਾਹ ਰੱਬਿਲ ਆਲਮੀਨ। ਇਹ ਰੱਬੁਲ ਆਲਮੀਨ, ਮੈਂ ਕੱਲਾ ਨਾ ਮਾਸੀ ਨਾ ਫੁੱਫੀ ਨਾ ਚਾਚੀ ਨਾ ਤਾਈ, ਇੰਡੀਆ ਦੇ ਹਿੰਦੂ ਨੇ, ਕਮਾਓ ਲੈ ਕੇ ਆਉਣਾ ਤੇਰਾ ਉਹ ਕੰਮ ਸੀ, ਕੋਈ ਕਮਾਲ ਵਿਖਾਓ, ਜਾਂ ਪੁੱਤ ਨੇ ਰੱਖਿਆ ਵਿੱਚ ਲੋਟਾਓ, ਸਾਰਾ ਪਾਣੀ ਲੋਟੇ ਚ। ਸਰਕਾਰ ਨੇ ਕਰਵਾ ਚੁੱਕਿਆ, ਤਲਾਬ ਖੁਸ਼ ਹੋ ਗਿਆ, ਖਾਜਾ ਲੈ ਕੇ ਟੁੱਟੇ, ਉਹ ਸਿਪਾਹੀਆਂ ਤਲਵਾਰਾਂ ਸੁੱਟ ਦਿੱਤੀਆਂ, ਉਹ ਵੀ ਟੁਰ ਪਏ। ਉਹ ਸੂਬੇਦਾਰ ਕਹਿਣ ਲੱਗਾ ਕਿੱਧਰ? ਉਹਨਾਂ ਕਿਹਾ ਸਰ ਜੀ ਡਿਊਟੀ ਮੁੱਕ ਗਈ। ਸਰ ਜੀ ਤਕਰੀਰ ਵੀ ਮੁੱਕ ਗਈ, ਤੁਸੀਂ ਵੀ ਮੁੱਕ ਗਏ, ਤੁਹਾਡੀ ਥਕਾਵਟ ਹੋ ਗਈ, ਮੇਰੀ ਤਕਰੀਰ ਵੀ। ਉਹਨਾਂ ਕਿਹਾ ਸਰ ਜੀ ਡਿਊਟੀ ਮੁੱਕ ਗਈ। ਆਖੇ ਕਿਉਂ? ਵੇਖੋ ਤਲਾਓ, ਉਹ ਜਿਹਦੇ ਗੁਲਾਮ ਸਮਝ ਚ ਨਹੀਂ ਆਉਂਦੇ ਜਾਗ ਤੇ ਸਹੀ, ਜਿਹਦੇ ਗੁਲਾਮ ਗੱਜ ਕੇ ਕਹੋ, ਜਿਹਦੇ ਗੁਲਾਮ ਸਮਝ ਚ ਨਹੀਂ।
نہیں آتے انہوں کا مالک تے آقا تیری سمجھ کیویں آوے. میں بیان کر رہا سا اگر تین یاد ہوے ان کہانیاں سنائی ہوں میرا نشہ پورا کرن دے. میرے نبی نو قوم نے کیا مجنو اللہ دی رحمت جوش ہی جاؤ گئی. اللہ تعالی نے فرمایا نون والقلم وما یسطرون نون والقلم وما یسطرون ما انت بنعمت ربک بمجنون. میرے نبی نو کسے بدبخت نے کیا ہے مجنو ہے. اللہ نے کیا مینوں نون دی قسم ہے مینوں قلم دی قسم ہے مینوں لو محفوظ دی تاریر دی قسم ہے تین تین قسم سمجھ آ رہی ہے گل. حضرت نوح علیہ السلام نو بھی مجنو کیا انہاں کیا یا اللہ مینوں مجنون آ دے. اللہ نے کیا میں کی کراں صفائی آپ دے میرا بھی نشہ پورا کرتے سوائی آپ نے. میرے نبی نو مجنون کیا کہتا نون ول قلم وما یسطرون مینو نون دی قسم مینو قلم دی قسم وما یسطرون جو لکھ دی اس تاریر دی قسم ما انت بے نعمت رب کا بے مجنون تو اللہ دی نعمت اور فضل نال مجنون نہیں. اچھا ایک گل سنو نقطہ عجیب سناوا. جدو بلیم لگے نا کسی قوم دے بچے تھے چھوٹے دے تے وڈے آ جانے نے اودی تالیف تباہ واسطے نا پوت ہیں اے تینوں اینے زیادتی کی تھی آ لے 10 روپے جا کل فکا جا اے دن اے آ لے نا بھائی نا تیرنا زیادتی ہو گئی ہے کوئی نہیں بھائی آ لے اے تینوں ایک مرلہ زمین دے ایتھوں نال دے دنیا اے تے ہی نا. ہن اللہ دے رسول نو کیا ہے مجنون. اللہ تین قسم کھا کے پیاندا ہے نون دی قسم قلم دی قسم لو محفوظ دی تحریر دی قسم تو مجنون ہے. پر گل تے اگے جڑی میں کرنی جے پچا گیا اگے لگدا میں انا لاکا اجرن غیر ممنون. سونے پہلے نبیاں نو میں دتے نے انعام تے شکر واجب کیتا بھی شکر کرو دا نہیں تے کھوانا گا. پر حبیب انا لاکا اجرن غیر ممنون تینو اجر بھی زیادہ دیتا پر یار شکریہ دی بھی لوڑ نہیں. سمجھ گیا چاکو فرمائے انا لاکا لاجرن انا لاکا اجرن انا لاکا لاجرن غیر ممنون. فرمایا میرے حبیب تینو اجر بھی زیادہ پر ممنون ہون دی لوڑ نہیں مینو سمجھ نہیں آؤں. اور کھڑیا لے دے سامین ایک ایسی مخلوق کے جدے تے شکر واجب نہیں. کیسی مخلوق ہے اور جدے تے شکر واجب نہیں. سانو کہندا والا ان شکر تم لازید اللہ شکر کرو ہور دیاں گا نہیں تے کھوڑ لاں گا. اینو کہندا ہے تینو دتا بھی بے حساب پر یار شکریہ دی بھی لوڑ ہے اور جاگو تے صحیح شکریہ دی بھی لوڑ ہے. ہن او گل لگا کرن جڑی میرے کارخانے چ آخری تانوں کہن لئی ویسے آخری نہیں پاویں صبح دیاں بانگا ملن پر مینوں اگوں کچھ نہیں لبنا پیسے دی یا اپنے پیر نو کیا کرو بھی کوئی مہربانی کریا کرے میرے حال تے نہیں تے میرے لیے بڑی ٹینشن ہوندی واپسی واسطے. میں عرض کردا رب العالمین دے رسول نو کیا تو رسول نہیں اللہ نے قسم کھا کے کہ مینوں قرآن دی قسم ہے تو بولو تے صحیح. اینا کیا گمراہ انہیں کیا مینوں تاریاں دی قسم ہے بھی تو گمراہ. اینا کیا بھی تو مجنون ہے انہیں کیا مینوں نون دی قسم مینوں قلم دی قسم کہ تحریر دی قسم تو مجنون نہیں. لیکن آؤ سنو گل آخری قوم نے کیا ہے قرآن محمد را اپنا بنایا ہوا ہے کہ اللہ دا کلام نہیں تو شاعر اپنا لیندے. اللہ نے قسم دی حد کر دی تھی فرمایا فلا اقسم بما تبصرون وما لا تبصرون انه لقول رسول کریم. جو تانو نظر آؤں مینو وہی بھی قسم ہے لوکار حکین کے دس بھی تین کی نظر آؤں جو نہیں نظر آؤں مینو وہی بھی قسم ہے. آئے آئے ادو بڑی قسم ہے رب پہ آتا ہے جو نظر آؤں دنیا والے ہو. اچھا یہ گل دسو اور پھر میں سٹیج چھڈا دعا منگیے سوچ کے قرآن کی کتاب ہے کدا کلام ہے گج کے کو
ਕੁਰਸੀ ਤੇ ਬੋਲੋ ਯਾਦ ਰੱਖ ਕੇ ਉਹ ਸਾਡੀ ਮਿਹਨਤ ਦਾ ਬੇੜਾ ਗਰਕ ਕਰਨ ਤੇ ਤੁਲਿਆ ਹੈ ਅੱਜ ਤੱਕ ਪਿਓ ਦਾਦੇ ਤੋਂ ਉਸਤਾਦਾਂ ਤੋਂ ਸੁਣੇ ਆਇਆ ਵੀ ਕਲਾਮ ਤੇਰਾ ਹੈ ਕਲਾਮ ਬੋਲੋ ਕੁਰਾਨ ਕਲਾਮ ਬੋਲੋ ਬਾਬਿਓ ਕਬਰੇ ਚ ਲੱਤਾਂ ਨੇ ਕਹਿ ਦਿਓ ਤੇਰਾ ਅੱਗੇ ਕੰਮ ਆਏਗਾ ਕਲਾਮ ਔਰ ਕੁਰਾਨ ਕਲਾਮ ਤੁਸੀਂ ਬੋਲੋ ਕਲਾਮ ਕੁਰਾਨ ਕਲਾਮ ਅੱਲਾਹ ਮੈਨੂੰ ਉਹਦੀ ਕਸਮ ਜੋ ਤੁਹਾਨੂੰ ਦਿਸਦਾ ਮੈਨੂੰ ਉਹਦੀ ਕਸਮ ਜੋ ਨਹੀਂ ਦੱਸਦਾ ਓਏ ਮੈਨੂੰ ਕਾਇਨਾਤ ਦੀ ਕਸਮ ਹੈ ਇਨਹੁ ਲਕੌਲੁ ਰਸੂਲਿਨ ਕਰੀਮ ਜਿਹਨੂੰ ਮੇਰਾ ਕਲਾਮ ਆਉਂਦੇ ਉਹ ਮੇਰੇ ਯਾਰ ਦੀ ਗੁਫ਼ਤਗੂ ਹੈ ਮੈਂ ਕੀ ਕਹਿ ਗਿਆ ਤੁਸੀਂ ਕੀ ਸੁਣਿਆ ਮੈਨੂੰ ਨਹੀਂ ਪਤਾ ਅੱਲਾ ਨੇ ਕਿਆ ਫਲਾ ਉਕਸਿਮੋ ਬਿਮਾ ਤੁਬਸਿਰੂ ਮੈਨੂੰ ਕਸਮ ਮੈਂ ਸੌਂਖਾ ਨਾ ਜੋ ਤੁਹਾਨੂੰ ਨਜ਼ਰ ਆਉਂਦਾ ਚੰਨ ਤਾਰੇ ਸੂਰਜ ਜ਼ਮੀਨ ਤੁਹਾਨੂੰ ਨਜ਼ਰ ਆਉਂਦਾ ਮੈਨੂੰ ਕਸਮ ਉਹ ਤੁਹਾਨੂੰ ਹੂਰਾ ਨਜ਼ਰ ਨਹੀਂ ਆਉਂਦੀਆਂ ਫਰਿਸ਼ਤੇ ਨਜ਼ਰ ਨਹੀਂ ਆਉਂਦੇ ਸਿਦਰਾ ਨਜ਼ਰ ਨਹੀਂ ਆਉਂਦੀ ਮੈਂ ਨਜ਼ਰ ਨਹੀਂ ਆਉਂਦਾ ਬਮਾ ਲਾ ਤੁਬਸਿਰੂਨ ਜੋ ਨਹੀਂ ਨਜ਼ਰ ਆਉਂਦਾ ਉਹਦੀ ਵੀ ਕਸਮ ਇਨਹੁ ਲਕੌਲੁ ਰਸੂਲਿਨ ਕਰੀਮ ਜਿਹਨੂੰ ਮੇਰਾ ਕਰਾਮ ਕਹਿੰਦੇ ਹੋ ਮੇਰੇ ਯਾਰ ਦੀ ਗੁਫ਼ਤਗੂ ਦਾ ਨਾਂ ਹੈ ਤੇ ਕੁਰਾਨ ਇਹ ਕੁਰਾਨ ਜਿਹਨੂੰ ਸਾਰੀ ਦੁਨੀਆ ਕਹਿੰਦੀ ਹੈ ਮੇਰਾ ਕਲਾਮ ਹੈ ਅੱਲਾ ਕਹਿੰਦਾ ਇਨਹੁ ਲਕੌਲੁ ਰਸੂਲਿਨ ਕਰੀਮ ਨਹੀਂ ਨਹੀਂ ਮੇਰੇ ਰਸੂਲ ਦੀ ਗੁਫ਼ਤਗੂ ਦਾ ਨਾਂ ਹੈ ਜਿਹਦੀ ਗੁਫ਼ਤਗੂ ਕੁਰਾਨ ਹੈ ਸਮਝਦੇ ਸੀ ਯਾਰ ਜਿਹਦੀ ਕਾਸ਼ ਅਗਲੇ ਸਾਲ ਜੇ ਜ਼ਿੰਦਗੀ ਰਹੀ ਇਨਸ਼ਾਅੱਲਾ ਅਜ਼ੀਜ਼ ਮੈਂ ਵਾਅਦਾ ਕਰਦਾ ਕਿ 3 ਸਾਲ ਤੁਹਾਨੂੰ ਮੇਰਾਜ ਸੁਣਾਵਾਂਗਾ ਔਰ ਉਹ ਜਿਹੜਾ ਨਹੀਂ ਸੁਣਿਆ ਔਰ ਤੁਹਾਨੂੰ ਦੱਸਾਂਗਾ ਵੀ ਮੇਰਾਜ ਕਿੰਨੇ ਕੀਤਾ ਤੇ ਕਿਵੇਂ ਕੀਤਾ ਹੁਣ ਚੁੱਕੇ ਮਜ਼ੂ ਦੂਸਰੇ ਪਾਸੇ ਨਿਕਲ ਗਿਆ ਸਾਂ ਮੇਰੇ ਦੋਸਤੋ ਅਜ਼ੀਜ਼ੋ ਅਗਰ ਬੰਦਾ 6 ਘੰਟੇ ਵੀ ਬੋਲਦਾ ਰਹੇ ਤੇ ਥਕਾਵਟ ਨਹੀਂ ਆਉਂਦੀ ਇਹ ਉਸ ਅੱਲਾ ਨੇ ਮੈਨੂੰ ਇਹ ਕਰਮ ਮੇਰੇ ਤੇ ਕੀਤਾ ਹੈ ਕਿ ਸੁਬਹਾ ਦੀਆਂ ਅਜ਼ਾਨਾਂ ਤੱਕ ਵੀ ਬੋਲਦਾ ਰਹਾਂ ਤੇ ਨਾ ਤੁਸੀਂ ਥੱਕਣਾ ਮੈਂ ਥੱਕ ਜਾਵਾਂਗਾ ਦੁਆ ਕਰਿਆ ਕਰੋ ਕਿ ਅੱਲਾ ਮੇਰੀ ਜ਼ਿੰਦਗੀ ਰੱਖੇ ਜਿੰਨੀ ਦੇਰ ਤੱਕ ਮੇਰੇ ਦਮ ਵਿੱਚ ਦਮ ਹੈ ਮੈਂ ਇਸ ਆਸਥਾਨੇ ਤੇ ਆਉਂਦਾ ਰਹਾਂ ਤੁਸੀਂ ਆਉਂਦੇ ਰਹੋ ਮੈਂ ਸੁਣਾਉਂਦਾ ਰਹਾਂ ਤੁਸੀਂ ਸੁਣਦੇ ਰਹੋ ਆਖਰੀ ਬਾਤ ਇੱਥੋਂ ਜਾਣ ਤੋਂ ਬਾਅਦ ਮੈਂ ਤਕਰੀਬਨ 36-37 ਨੰਬਰ ਨਵੇਂ ਰਿਕਾਰਡ ਕਰਵਾਏ ਨੇ ਬਿਲਕੁਲ ਜਿਹੜੇ ਅੱਗੇ ਸੁਣਦੇ ਰਹੇ ਉਹ ਨਹੀਂ ਉਹ ਬੱਚੇ ਲੈ ਕੇ ਆਏ ਨੇ ਜਲਦਬਾਜ਼ੀ ਨਹੀਂ ਉਹਨਾਂ ਨਾਲ ਝਗੜਾ ਨਹੀਂ ਕਰਨਾ ਗੱਲ ਨਹੀਂ ਲੱਗਣਾ ਉਹਦੇ ਵਿੱਚ ਇਮਾਮ ਯਾਰਿਕ ਹੁਸੈਨ ਦੀ ਗੱਲ ਆ ਗਈ ਬਸ ਕਰਦੀ ਸੁਣਾ ਲਿਆ ਜਿਹਨਾਂ ਦਾ ਮੂਡ ਹੈ ਸੁਣਦਾ ਹੱਥ ਕਰੇ ਗੱਲ ਬਸ ਇੱਕ ਵਾਰੀ ਗੱਜ ਕੇ ਨਾਰਾ ਮਾਰੋ ਮੈਂ ਤੁਹਾਨੂੰ ਹੁਸੈਨ ਸੁਣਾ ਪਤਾ ਨਹੀਂ ਮੈਂ ਜਿਹੜੀ ਗੱਲ ਸ਼ੁਰੂ ਕਰਨ ਲੱਗਾ ਇਹ ਉਹਨਾਂ ਬੱਚਿਆਂ ਕੋਲ ਕੇਸ ਹਟਾਇਆ ਕਿ ਨਹੀਂ ਬਾਰਾ ਸੁਣ ਲਓ ਇਮਾਮੁਲ ਅੰਬੀਆ ਬਿਮਾਰ ਹੋ ਗਿਆ ਗੱਲ ਸੁਣ ਲੈ ਯਾਰ ਮੇਰੇ ਦਿਲ ਚ ਆਈ ਇਹ ਮੇਰੇ ਦਿਲ ਚ ਮੈਂ ਨਾ ਸੁਣਾਵਾਂਗਾ ਤੇ ਗੁਨਾਹਗਾਰ ਹੋਵਾਂਗਾ ਕਿਉਂਕਿ ਹੁਸੈਨ ਦੀ ਗੱਲ ਹੈ ਨਾ ਬਿਮਾਰ ਹੋ ਗਿਆ ਤੇ ਸਰਕਾਰ ਜਦੋਂ ਬੰਦਾ ਬਿਮਾਰ ਹੋਵੇ ਨਾ ਤੇ ਨਬੀਆਂ ਦਾ ਨਬੀ ਵੀ ਇਹ ਤੂੰ ਮੈਂ ਕਿਹੜੇ ਬਾਗ ਦੀ ਮੂਲੀਆਂ ਧੀਆਂ ਯਾਦ ਆਉਂਦੀਆਂ ਨੇ ਬੁੱਧ ਇਹ ਨਬੀ ਦੀ ਸੁਨਤ ਹੈ ਜਦੋਂ ਬਿਮਾਰ ਹੋਵੇ ਤੇ ਕਿਹਨੂੰ ਸੱਦੋ ਧੀ ਨੂੰ ਇਮਾਮ ਅੰਬੀਆ ਬਿਮਾਰ ਹੋ ਗਏ ਮੇਰੇ ਨਬੀ ਨੇ ਫਰਮਾਇਆ ਗੁਲਾਮ ਨੂੰ ਜਾਓ ਇਹ ਕਨੀਜ਼ ਨੂੰ ਕਿਹਾ ਮੇਰੀ ਬੇਟੀ ਜ਼ਹਰਾ ਨੂੰ ਬੁਲਾ ਕੇ ਲਿਆ ਰੱਬ ਦਾ ਨਾਂ ਜਿਉਂ ਥੱਕਿਆ ਜਨਾ ਨਹੀਂ ਤੇ ਮੈਂ ਇਹਦੀ ਤੋਹੀਨ ਨਹੀਂ ਚਾਹੁੰਦਾ ਮੈਂ ਬੰਦ ਕਰ ਦਿਆਂ ਜੇ ਸੁਣਨਾ ਜੇ ਤੇ ਅਦਬ ਨਾਲ ਸੁਣਿਆ ਜੇ ਥੱਕਿਆ ਜਨਾ ਸਰਕਾਰ ਨੇ ਫਰਮਾਇਆ ਮੇਰੀ ਬੇਟੀ ਨੂੰ ਬੁਲਾ ਕੇ ਲਿਆ ਕਨੀਜ਼ ਆਈ ਜ਼ਹਰਾ ਦੇ ਦਰਵਾਜ਼ੇ ਦੇ ਕਿਹੜਾ ਦਰਵਾਜ਼ਾ ਆਈ ਇੰਨਾ ਮਾਓ ਯੂਰੀਦੁੱਲਾ ਬੋਲੇ ਯੁਜ਼ਹਿਬਾ ਅਨਕੋ ਮੁਰਜਸਾ ਆਲਲ ਬੈਤੀ ਵਾਯੂ ਤਾਹਿਰਾ ਗੁਮ ਤਤਹੀ ਦਰਵਾਜ਼ੇ ਤੇ ਮੇਰਾ ਧਿਆਨ ਕਰ ਕਦੀ ਫਿਰ ਆਇਆ ਨਾ ਤੇ ਤੈਨੂੰ ਹੁਸੈਨ ਦਾ ਜਮਨਾ ਸੁਣਾਵਾਂਗਾ 3 ਘੰਟੇ ਚ ਸਿਰਫ ਜਮਨਾ ਖੁਦਾ ਦੀ ਕਸਮ ਮੈਂ ਬੜੀ ਤਹਿਕੀਕ ਕਰਦਾ ਵਾਂ ਬਹੁਤ ਤਹਿਕੀਕ ਕਰਦਾ ਹਜ਼ਾਰਾਂ ਰੁਪਈਏ ਅੱਜ ਇੱਕ ਕਿਤਾਬ ਦੀ ਖਾਤਰ 1000 ਰੁਪਈਆ ਲੈ 3 ਘੰਟੇ ਫੈਸਲਾਬਾਦ ਧੱਕੇ ਖਾਧੇ ਨੇ ਮੈਂ ਮੁੱਦਤਾਂ ਮਿਹਨਤ ਕਰਦਾ ਤੇ 1 ਘੰਟੇ ਚ ਤੁਹਾਡੀ ਚੋਰੀ ਚ ਪਾ ਜਾਂਦਾ ਕਸਮ ਚੁੱਕ ਕੇ ਦੱਸੋ ਮੌਲਵੀ ਇੰਨਾ ਮਵਾਦ ਦੇ ਜਾਂਦੇ ਨੇ ਤੁਹਾਨੂੰ ਜਿਹਨੂੰ 7-7 ਹਜ਼ਾਰ ਦੇ ਕੇ ਲਿਆਉਂਦੇ ਹੋ ਢੋਲ ਵਟਾਇਆ ਅਸੀਂ ਰੂਪ ਵਿਛਾਣ ਲਿਆ ਰੂਪ ਵਟਾਇਆ ਅਸੀਂ ਢੋਲ ਵਿਛਾਣ ਲਿਆ ਉਹ ਕਮਲਿਓ ਰਸੂਲ ਦੀ ਅਜ਼ਮਤ ਕੁਰਾਨ ਹਦੀਸ ਔਰ ਅਰਬੀ ਚ ਵੇਖਿਆ ਕਰੋ ਕਿੰਨੀ ਸੁਣੋ ਗੌਰ ਦੇ ਨਾਲ ਜਾਂ ਆਈ ਕਨੀਸ ਬੀਬੀ ਆਟਾ ਵੀ ਗੁੰਦੀ ਤੁਸਮਾਨ ਅੱਲਾ ਨੇ ਕਿਹਾ ਐਸ ਹੱਥ ਨਾਲ ਉਹ ਸ਼ਹਿਜ਼ਾਦਾ
میں آج بھی اپنے علماء دی محفل وچ کہہ رہا تھا کہ امام حسن بیٹھے نے ایک ہندی آ گیا کیونکہ انہیں آ کے گلا کرنی شروع کر دیا امام انہوں ہندی جواب لگ پہ جہے کول بیٹھے سے انہوں نے کہا آتا تھا کلام فل ہندی اپنا رسول اللہ رسول دے بیٹے ہندی جان دے ہو سرکار نے گل سن کے نا ایک پتھر کا ٹکڑا سی انہوں تھوک مبارک لا کے انہوں کہا منہ چ پا کے چوس 70 زمانہ بول رہا سی پہلی ہندی سے جنہ دی تھوک عالم بنا دے وہ آپ جی نے سجے بان دے نال حسن ہے کھبے نال حسین ہے پی امی روٹی پکائے گی تسی کھاواں گے ایک بار سبحان اللہ کہہ سن یار گور اچھا جان کنی دائی انہیں کیا خاتون جنت بابا یاد کرتا ہو جائے بی بی نے پیڑا رکھیا تھک دیں گے حسن نے ویکھیا انہیں کیا اماں کیویں فرمایا نانا حسن نے جتی نہیں پائی فرمایا میں بھی جاواں گا جنہ دا نانا محمد ہوئے جنہیں دو ترے حسن تے حسین انہیں تیرے ورگے نے اے بولو دے صحیح او کملیو میں ایک دفعہ مولویاں نو خطاب کر رہا سن لاہور خدا دی قسم ایک گل کہی بڑے تو اڑے جگہ بھی کہہ چکے ہیں لیکن ہون کہن لگا مولوی جا کے جفا پا کے وٹے نو چوم دا ہے سعودی عرب وچ وٹا چوم دے ہو او وٹا کی تھوں دا جنت دا کیوں نو آندے ہو آو حجرے اصل کتوں کا وٹا ہے جنت دے وٹے نو مولوی چومدا ہے جنت دے سردار نو نہیں چومدا گھر والے دی قدر گھر نالوں زیادہ ہوندی ہے ایس کوٹھے دی زیادہ قدر ہے یا رفیق شاہ دی تسی ان کوٹھے نو پوچھ دے شاہ جی اتوں ٹر جان کھرنے والے پھر وٹے نو چومدے ہو کدی وٹیاں والے نو بھی چومیا کرو سرکار امام کربلا سن اٹھے سرکار نے فرمایا اماں میں بھی ہوں اکھاں دے کنٹرول کری میں بھی جاواں گا حسین بولے انہیں کیا ویر اگر تو جائے گا میں بھی نانے وال میں بھی جاواں گا جوڑی جوندی روی زارا تیری سجی انگلی نال بی بی نے پکڑیا حسن نو کھپی نال پکڑیا حسین نو او بے زبان بول کے کہندا یا ایا تو الملاو اکتی اخلو مصلی سماواتی و امیر وردی او کائنات آسمان دے فرشتیو مسلے خالی کر دیو جاؤ میری زہرا دے مکان تو محمد دے مکان تک قطاراں بنا کے کھلو جاؤ ویکھو میرے نبی دی چوڑی جا رہی جے سبحان اللہ ذوق آ گیا میرا خیال ہے پھر سناواں تو تسی تھکے پے ہو تہاڈے عام اللہ نارا حیدری لاو حالات دا کنا گلاں دیو نارا حیدری منہ کٹیا رکھیا جے اے نا لین لگے شاید نارا حیدری آہا علی دا پتہ لگے گا اگے کوثر تے علی کمال کرتا ہے واہ پیدا دل مومن میں جلال کرتا ہے ارے علی کا نام جھجک کر شرما کر مت لو ارے یہی تو نام ہے جو روزی کو بحال کرتا ہے نعرہ حیدری 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 کوثر تے علی پل سرات تے علی چنڈا علی دے ہاتھے چے کملیا کتھوں کتھوں ٹال کے نظر لنگے گا سمجھتے صحیح چنڈا علی دے ہاتھے چے کوثر دا پیالہ علی دے ہاتھے چے اور ٹکٹاں دے ویزے پل سرات کتھوں کتھوں بلائیں گا بولو رضا جی کوئی جگہ بلانا لگی نہیں نا آج بنا لینا کل کم ہے گی جدو نے جوڑی چل پی امام الانبیاء دے ویڑے تے آئی جوڑی کائناتیاں حوراں پیاں گے نے زارا تیری جوڑی سلامت روے کربلا دے میدان چر تیری جوڑی سلام جنہ اچا عہدہ ہوے انہی امتحان تے ازمائش نہیں زیادہ ہوندی پتہ نہیں انہیں بچیاں کو لے کے سٹ ہے کہ نہیں بہت ہی میں خون دے کے اس کے کیس ریکارڈ کروائی امام نے سنو غور دے نال جائیں جوڑی آئی قریب امام الانبیاء دے قریب ادھر حسن آئے سرکار نے جوڑے اتارے چڑھ گئے نانے نال ادھر حسین آئے جوڑے اتارے او سچی بات امام حسن لیٹ گئے سنی بیان نہیں کردے شان اور کملے آج جو سنی بیان کردے نے تو سنے ہی نہیں کدی خدا دی قسم حسین تے حسین ہے ہی ساڈا اے شک کمال ہے نا اسی اہل بیت نو ہی مندے ہاں تے نال انہاں نو ہی مندے ہاں جڑے عظمت دے مینار تے تارے نے جاگو تے صحیح ہاں میں شانے
حضرت عمر بیان کیتی ہے او کیسر سنو خدا دی قسم سرکار دی کنیز دا نام زبیدہ حضرت عمر دی فرمایا میں مسیتے چلے جا بالن باروں انہاں کو لے وچھان کے بالن دی انہیں پنڈ وڈ لی پیر جی دے سر تے چکی نہیں جاندی اسمان نال ویکھ کے کہندی میں عمر دی کنیز ہاں رب دی قسم جوہر فریدی کتاب ہی تواڈے مسئلے وچ جوہر فریدی رضوان جنت نو رب نے کیا جا گنڈ چک کے آپ رکھ کے آ سندا پیا ایک کنیز ہے عمر دی رضوان جنت ان بی بی کی گل ان کے پار پار ہے تے چکیا نہیں جاندا اونے اشارہ کیتا ایک بٹا آ گیا قریب اشارہ کیتا انگلی دا او پنڈ جڑی سی پتھر تے آئی اشارہ کیتا اگے اگے بی بی مگر مگر او بٹا پار لے کے ٹریا جاندا جدوں او بٹا عمر دے بوئے تے آ کے رک گیا نا تے بی بی دوڑی بھی میں نبی نو دس کے آواں کہن گے یا رسول اللہ جی کمال ہی ہو گیا فرمایا تو دسیں کہ میں دساں چل مینو وخا انہیں کیا ضرور ویکھو دسی اجے بھی وہ بٹا کھلوتا ہے میں اتولا ہی نہیں پنڈ یہ تہاڈی کتاب ہے جوہر فریدی جہاں ہے سرکار تے وٹا بیٹھا سرکار نے کہا یا اللہ شکر ہے میرے غلاماں دیاں کنیزاں دی یہ شان ہے جڑی مریم دی شان دی کی سمجھنا تو اور من سارے من فل تھی بنتے ہیں میں کہنا کربلا چ پتر شہید ہوئے نے 18 سید نے باقی یا سوابا نے یا سوابا کی اولاد ہے اور سوابا پہلے شہید ہوئے امام حسن نے جوڑے لا امام حسین نے جوڑے لائے اور سچی بات امام حسن لیٹ گئے کھبی دے امام حسین جب بھی پالی مسکرا کے نانے دی داڑی چمی مال میں کے کہن لگے اما زہرا اگے جیو میرا بیٹا کی گل ہے فرمایا ناراض نہ ہو اما جڑا سواد نانے دی گود چے پاوے تو جنت دی سردار تیری گود چ نہیں سندا جائے پوری سنا دے بس کر جب پا کے سو گئے امام الانبیاء نے سینے تے اس پاسے حسن نے اس پاسے حسین نے مدینے دی رات نو چم چم اکھیاں تے لا صدکڑے جاواں مٹیے ذرا گونج پا جائے تینوں چم چم اکھیاں نی مٹی جارا ٹل گئی ادو راہ ٹل گئی امام الانبیاء دی اکھاں لگ اکھ لگی تنامو اینی ودا جنامو قلبی میرا نبی کہندا اکھ سوندی ہے دل جاگدا یا رسول دی ایک گل کردے ہاں پچنی نہیں میرے کو کیونکہ آئیے تو کر دیا تھی سن لو اگے جا کے بیان کرے جی پتہ نہیں مینوں اس گل نے بڑے ہی پریشان کیا پچھلے سال اتنے رکا آیا سی مخلوق حضور کہیں دے نے ابھی تو اندر ربی ہوا جو تے منی وجہ سکین میں روز رات نو رب کول ہونا وہ مینوں کھواندا بھی ہے تے پیاندا بھی ہے کیوں جی حضرت صاحب حدیث ہے بالکل سر انی لس تو کہا دی کوئی تواڈے وچوں میری مثال نہیں ابھی تو ایندا ربی ہوا جو تے منی وجہ سکین میں روز رات نو رب کول ہونا او مینوں کھواندا بھی ہے تیرے میں گل کیتی ہے تساں ونڈ نہیں کیتی پڑھ دے سارے مولوی نے لیکن اس حدیث نو سمجھا نہیں کوئی نہیں نبی دیاں کنیاں بیویاں سن نو یا 11 نو یا 11 نبی کی کہندا میں روز رات نو رب کول ہونا اجے بھی نہیں سمجھے اجے بھی نہیں سمجھے ساڈی کسے ماں نے نہیں کیا بھی کی کہندے ہو رات دی تے تسی میرے کول سوان دے سو میں رب کول پہچان تے سی میں کی کہہ رہا ہوں کسے ماں نے نہیں کیا کہ راتی واری میری سی تسی آ جاؤ میں رب کول ہونا ساڈیاں ماواں نو بھی پتہ سی دا ظاہر ہو رہے تے باطن ہو رہے سمجھ آئی تے جنوں نال رہن والیاں زندگی گزارن والیاں بیویاں نہیں سمجھ سکیاں توں تے میں کڑے باغ دی موڑی امام الانبیاء سو گئے اکھ لگ گئی شہزادے دوویں جاگدے نے امام حسن دی اچانک اکھ کھلی اے اتوں دی ہتھ کر کے نا انج کیتا امام حسین نے اکھ کھلی چل چلی اماں کول نبی لیٹے نے منظر نہ خراب کرے نبی لیٹے نے اکھاں ظاہری طور تے بند نے امام حسن نے فرمایا چل چلیے امام حسین اٹھے مدینے دی رات رات دو دا ٹائم میں کالا سیاہ بدل گئی دا پیارا دنیری ہے میرے نبی دی جوڑی یہ رات جاگدانی رات
انہیری ہے میرے نبی دی جوڑی ہے پوری مدینے دی مخلوق انہاں نوں علی دے لال نہیں سی کہندی نبی دی جوڑی کہندی جائے نکلے باہر رات انہیری ہے حسن حسین نے کیا پائی جان اندھیرا راہ نہیں نظر آوندا اللہ نے او اللہ تعالی الی الرات اللہ نے رات وہی کیتی او آسمان دی بجلی تے بدلو لال تین بن کے نبی دی جوڑی دے اگے اگے چل لال ٹین بن جا میرے نبی دی جوڑی جا رہی ہے بجلیے چمک چمک منظر تے سوچ یار آسمان دیا بدلو چمک چمک کے اور لال ٹین بن کے جوڑی دے اگے اگے جا مسیتوں نکلے نا باہر تے سجی گلی وچ بی بی دا مکان سی شہزادے کھبری نوں مڑ گئے اللہ نے یہ کیا سی جدھر اے مڑن بدلا ادھر توں جانا ادھر اگے اگے لال ٹین بن کے رات چل رہا ہے مگر مگر جوڑی جا رہی ہے حتا جاؤ فی حدیقت بنی نجار شمون یہودی دا باغ آ گیا صرف دو منٹ گل مکا رہے ہیں باغ آ گئے بدل گرج رہے ہیں آسمان دے بدل نے کیا میں بھی تیری رحمت ہاں اے بھی رحمت دے دو ٹکڑے نے دل کردا جی حکم دے میں تے میں وسانا رحمت رحمت نو جفی پائے اتوں می لگ پیا پے امام حسین نے فرمایا حسن براؤ سر دی اتوں می پیا پیندا ہے انہیں کیا ٹھہر جا میرے قریب آ یہودی دا باغ ہے باغ دی دیوار ہے زہرا دے لالا جفی پائی کاند دے نال لیٹ گئے آ حسین سے ہو جائیے جدو می رکے گا کار اے جوڑی ستی ہوئی ہے میرے نبی نے اکھ کھولی جوڑی نظر نہیں آئی اکھ چھوڑی جوڑی نظر نہیں آئی سرکار اٹھے عرش والا نالین پانی نبی پاک بخار دی پرواہ نہیں کیتی میرا نبی تیز تیز چل رہے ہیں سرکار آئے حضرت علی دے بوئے تے بوا کھڑکایا اندرو مولا کائنات نے پوچھا مم بل باؤ کون بوا کھڑکا رہا ہے میرے نبی نے کیا انا رسول اللہ میں اللہ دا رسول جوڑا نہیں پایا علی دوڑ کی آئے قدم میں ڈگ پیا کا حکم دیو میں سر دے پیر بنا کے آؤں کیوں آئے ہو کیوں آئے ہو میرے نبی نے فرمایا علی میری جوڑی کتھے اگے سرکار تواڈے کول تواڈے کول خدا دی قسم میں کتاب وچ پڑھیا جی نبی نکلے پار علی مگر مگر نبی آواز پیا دیندا اے نا یا بنی یا الحسن میرا حسن بیٹا کتھے آں اے نا یا قرۃ عینی حسین میری آنکھاں دی ٹھنڈ حسین کتھے اگے اگے نبی جا رہے ہوئے رات انہری ہے میں پیا پیندا ہے مگر مگر علی دوویں ٹرے جا رہے نے او باغ آ گیا میرے کو باقی اگلے سال سے وہ باغ آ گیا جتھے جوڑی تمہیں سواد سال تک رہے گا پھر ہی صحیح جڑی جگہ جوڑی ستی ہے چاہے امام الانبیاء پاک دے دروازے چاہے بدلی چمکی نبی نے کی ویکھیا دساں جاں بجلی چمکی میرے نبی دے نور دے نال پورا باغ روشن ہو گیا ایک ایک کالا ناگ جدے دو پر نے ایک پر حسن تے ایک پر حسین تے اتوں رم جم می پیو پیندا جا میرے نبی نے ویکھیا غور دے نال فرمایا مانتا کون ہے سپو انہیں دئی بدلی انہیں کیا سرکار میں سپ نہیں جن جڑے نو جن تیرے کو سورت جن سن کے مسلمان ہوئے سن سارے تو چھوٹا میں ہوں تم کتنے آیا ہوا انہیں کہا کملی والے آج نماز عشاء دی لگے سن پڑھان تے ایک ایت بھول گئی میں ذرا طاقت جی والے سی مینوں کہن لگے بھج کے جا پوچھ کے آ دوڑ کے جاتے پوچھ کے آ سرکار میں ٹریا جا میں اس باغ چایا مینوں کہ گئے پی آواز او محمود جے نصیب دے رہن والیو اے دیوار دے نال جڑی جوڑی ستی اے اے کسے یہودی دے بحال نہیں ہوں امام الانبیاء دی او جنت سرداراں دی جوڑی ہے جنہ چر میرا نبی نہ آوے می پیا پیندا ہے اگر ایک قطرہ پانی دا اینا تے ڈگ پیا میں غضب دی بجلی دے کے ساڑ دیاں گا
سونے میں عشا دا پہرا دین دیا تیرے لال سکے نے میں بھی جا اور جنہ دے پہرے جن دین جنہ دے سلام جنات کرن جنہ دی غلامی ناگ کرن جنہ دی مجرے ہرنیاں پرن انہاں نو آلے رسول کہندے نے اللہ جل مجید الکریم میری حاضری قبول فرمائے تسی وینے آ جنہ دوستاں نو کیسا چاہیے نے او بچے میرے نال کتھے نے کھڑے ہو جڑی جگہ تے موجود نے سٹیج تے آ جو ایتھے لائٹ بھی زیادہ ہے یا گیٹ تے کیڑی جگہ کھڑے ہوئے ہاں او دروازے چ نے روشنی کرنا یا ہاں بالکل او جڑی جگہ تے موجود نے تسی سکون اطمینان دے نال چند کیسا نے نویں نمبر میرے آئے او